ਕਿਹਾ ਜਾਂਦਾ ਪੰਜਾਬ ਦੇ ਜੰਮਿਆਂ ਨੂੰ ਨਿਤ ਨਵੀਆਂ ਮੁਹਿੰਮਾਂ ਹੀ ਪੈਂਦੀਆਂ ਨੇ। ਬਿਲਕੁਲ ਪਹਾੜ ਮੁਸੀਬਤਾਂ ਦੇ ਆਈਆਂ ਸਾਡੀਆਂ ਪੀੜੀਆਂ ਸਹਿੰਦੀਆਂ ਨੇ। ਹੋਏ ਅਸੀਂ ਜ਼ੁਲਮ ਨਾਲ ਜੂਝਦੇ ਸਦਾ ਆਏ, ਅਸੀਂ ਜ਼ੁਲਮ ਨਾਲ ਜੂਝਦੇ ਸਦਾ ਆਏ। ਗਰਮ ਤਦੇ ਤਬੀਅਤਾਂ ਰਹਿੰਦੀਆਂ ਨੇ, ਸਾਨੂੰ ਚੜੀਆਂ ਸ਼ਹਾਦਤ ਖੁਮਾਰੀਆਂ ਜੋ ਚੜ ਕੇ ਸੂਲੀ ਤੇ ਕਦੇ ਨਾ ਲੈਂਦੀਆਂ ਨੇ, ਚੜ ਕੇ ਸੂਲੀ ਤੇ ਕਦੇ ਨਾ ਲੈਂਦੀਆਂ ਨੇ। ਜਦੋਂ ਕਿਸੇ ਵੀ ਧਰਮ ਜਾਂ ਦੇਸ਼ ਉੱਤੇ ਆ ਕੇ ਹਵਾ ਆਜ਼ਾਦੀ ਦੀ ਵਗਦੀ ਏ, ਉਦੋਂ ਦੇਸ਼ ਦੇ ਅਣਖੀ ਪਰਵਾਨੇ ਆਹਨੋ ਹੋ ਚ ਰਹਿੰਦੀ ਨਾ ਸੀਸ ਤੇ ਪਾਗਾ ਦੀ ਏ। ਘਰ ਉੱਜੜਦੇ ਸੈਂਕੜੇ ਮੱਕੀਆਂ ਦੇ ਬੱਤੀ ਮੋਮਦੀ ਫਿਰ ਇੱਕ ਜੱਗ ਦੀ ਏ। ਸ਼ਰਫ ਖੂਣਾ ਸ਼ਹੀਦਾਂ ਦਾ ਨੁੱਚੜ ਜਾਂਦਾ, ਮਹਿੰਦੀ ਹੋਰਨਾਂ ਦੇ ਹੱਥੀ ਜਾ ਲੱਗਦੀ ਏ, ਮਹਿੰਦੀ ਹੋਰਨਾਂ ਦੇ ਹੱਥੀ ਜਾ ਲੱਗਦੀ ਏ। ਕਿਸੇ ਕੌਮ ਦਾ ਠੰਡਾ ਹੋਇਆ ਲਹੂ ਗੜਮਾਉਣ ਵਾਸਤੇ ਢਾਡੀਆਂ ਤੇ ਕਵੀਸ਼ਰਾਂ ਦਾ ਵਿਸ਼ੇਸ਼ ਯੋਗਦਾਨ ਹੈ। ਮੀਰੀ ਪੀਰੀ ਦੇ ਮਾਲਕ ਨੇ ਜਦੋਂ ਸਿੱਖਾਂ ਨੂੰ ਥਿਆੜਬੰਦ ਕਰਨਾ ਆਰੰਭਿਆ ਤਾਂ ਉਸ ਵੇਲੇ ਸਤਿਗੁਰ ਨੇ ਵਿਸ਼ੇਸ਼ ਤੌਰ ਤੇ ਕਈ ਢਾਡੀ ਜਥੇ ਤਿਆਰ ਕੀਤੇ ਜਿਨ੍ਹਾਂ ਨੇ ਜਛੀਲੀਆਂ ਵਾੜਾਂ ਦੇ ਨਾਲ ਸਿੱਖ ਗੱਭਰੂਆਂ ਦਾ ਲਹੂ ਗੜਮਾਇਆ ਅਤੇ ਸਿੱਖ ਗੱਭਰੂ ਜੋ ਪਹਿਲਾਂ ਹੀ ਗੁਰੂ ਸਾਹਿਬ ਦੀ ਰੂਹਾਨੀ ਸੇਵਾ ਵਿੱਚ ਵਿਚਰਦਿਆਂ ਮੌਤ ਦੇ ਭੈ ਤੋਂ ਮੁਕਤ ਹੋ ਚੁੱਕੇ ਸੀ, ਗੁਰੂ ਸਾਹਿਬ ਜੀ ਦੇ ਪਵਿੱਤਰ ਅਗਵਾਈ ਵਿੱਚ ਮੁਗਲ ਸ਼ਾਹੀ ਦੇ ਜ਼ਾਲਮਾਂ ਦਾ ਟਾਕਰਾ ਹਥਿਆੜਾਂ ਨਾਲ ਕਰਨਾ ਆਰੰਭ ਕਰ ਦਿੱਤਾ ਏ। ਮੁਗਲ ਅਸ਼ਾਈ ਦੇ ਜ਼ੁਲਮ ਵਿਰੁੱਧ ਸਿੱਖਾਂ ਨੇ ਧਰਮ ਯੁੱਧ ਵਿੱਚ ਕਈ ਵਾਰ ਮੁਗਲ ਹਕੂਮਤ ਛਿੱਤੀ ਪਈ ਹੈ, ਕਈ ਵਾਰ ਮੁਗਲ ਹਕੂਮਤ ਪਾਗਲਪਨ ਦੀ ਹੱਦ ਤੱਕ ਅਪੜੀ, ਪਰ ਉਸਨੇ ਕਦੇ ਵੀ ਕਿਸੇ ਸਿੱਖ ਯੋਧਿਆਂ ਦੀਆਂ ਜਛੀਲੀਆਂ ਵਾੜਾਂ ਗਾਉਣ ਵਾਲੇ ਕਿਸੇ ਢਾਡੀ ਜਾਂ ਕਵੀਸ਼ਰ ਨੂੰ ਆਪਣੇ ਗੁੱਸੇ ਦਾ ਨਿਸ਼ਾਨਾ ਨਹੀਂ ਬਣਾਇਆ। ਪਰ ਹਿੰਦ ਸਰਕਾਰ ਇਸ ਮਾਮਲੇ ਵਿੱਚ ਮੁਗਲ ਹਕੂਮਤ ਨੂੰ ਵੀ ਪਿੱਛੇ ਛੱਡ ਗਈ। ਇਸੇ ਹੀ ਹਕੂਮਤ ਨੇ ਸਿੰਘਾਂ ਦੀਆਂ ਵਾੜਾਂ ਗਾਉਣ ਵਾਲੀਆਂ ਨਾਭੇ ਵਾਲੀਆਂ ਬੀਬੀਆਂ ਤੇ ਕਈ ਕੇਸ ਦਰਜ ਕੀਤੇ ਅਤੇ ਤਸੀਹੇ ਦਿੱਤੇ, ਕਈ ਹੋਰ ਢਾਡੀਆਂ ਕਵੀਸ਼ਰਾਂ ਤੇ ਤਸ਼ੱਦਦ ਕੀਤਾ। ਪਰ ਅੱਜ ਅਸੀਂ ਕੇਵਲ ਇੱਕ ਕਵੀਸ਼ਰ ਦੀ ਕਹਾਣੀ ਇੱਥੇ ਬਿਆਨ ਕਰਨ ਲੱਗੇ ਹਾਂ ਜਿਸ ਨੂੰ ਹਿੰਦੁਸਤਾਨੀ ਪੁਲਿਸ ਨੇ ਕੇਵਲ ਸਿੰਘਾਂ ਦੀਆਂ ਵਾੜਾਂ ਬੋਲਣ ਦੇ ਦੋਸ਼ ਵਿੱਚ ਹੀ ਬਹੁਤ ਘਨਾਉਣੇ ਤਰੀਕੇ ਦੇ ਨਾਲ ਕੋ ਕੋ ਕੇ ਮਾਰਿਆ। ਉਹ ਸੀ ਸ਼ਹੀਦ ਭਾਈ ਨਿਰਮਲ ਸਿੰਘ ਜੀ ਚੋਲਾ। ਭਾਈ ਸਾਹਿਬ ਜੀ ਦਾ ਪਵਿੱਤਰ ਜੀਵਨ ਪੇਸ਼ ਕਰਨ ਦਾ ਹੁਕਮ ਮੇਰੇ ਪੂਜਨਯੋਗ ਉਸਤਾਦ ਕਵੀਸ਼ਰ ਕੇਰ ਸਿੰਘ ਮਝੇਲ ਜੀ ਦੇ ਸਪੁੱਤਰ ਭਾਈ ਮਨਜੀਤ ਸਿੰਘ ਮਾਣਕ ਤੇ ਸਰਦਾਰ ਕਸ਼ਮੀਰ ਸਿੰਘ ਸਿੱਧਵੰਦੋਨਾ ਵਾਲਿਆਂ ਨੇ ਲਾਇਆ ਸੀ। ਇਸੇ ਹੁਕਮ ਸਦਕਾ ਇਹ ਪ੍ਰਸੰਗ ਬਿਆਨ ਕੀਤਾ ਜਾ ਰਿਹਾ ਏ। ਇਸ ਪ੍ਰਸੰਗ ਨੂੰ ਲਿਖਿਆ ਭਾਈ ਸਤਨਾਮ ਸਿੰਘ ਜੀ ਸੱਤਾ ਫਰੀਦ ਸਰਾਏ ਤੇ ਅੱਜ ਮੇਰਾ ਇਸ ਪ੍ਰਸੰਗ ਨੂੰ ਬਿਆਨ ਕਰਨ ਵਿੱਚ ਵੀ ਸਾਥ ਦੇ ਰਹੇ ਨੇ। ਆਓ ਇਹ ਪ੍ਰਸੰਗ ਸੁਣਨ ਤੋਂ ਪਹਿਲਾਂ ਗੁਰੂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਮਹਾਨ ਕਵੀਸ਼ਰ ਸ਼ਹੀਦ ਭਾਈ ਨਿਰਮਲ ਸਿੰਘ ਜੀ ਚੋਲਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਏ। ਭਾਵੇਂ ਕਿ ਨਿਰਮਲ ਸਿੰਘ ਚੋਲਾ ਸਾਹਿਬ ਜੀ ਦਾ ਅਸਲ ਪਿੰਡ ਜੌਲ ਢਾਏ ਵਾਲਾ ਸੀ, ਦਰਿਆ ਬਿਆਸ ਦੇ ਕੰਢੇ ਨਜ਼ਦੀਕ ਗੋਂਦਵਾਲ ਸਾਹਿਬ, ਅੱਜ ਕੱਲ੍ਹ ਤਨ ਤਨ ਜ਼ਿਲ੍ਹਾ ਏ। ਭਾਵੇਂ ਇਸ ਇਲਾਕੇ ਦੇ ਲੋਕਾਂ ਦਾ ਸਿੱਖ ਧਰਮ ਵੱਲ ਸ਼ੁਰੂ ਤੋਂ ਝੁਕਾਅ ਹੈ, ਗਿਆਨੀ ਨਿਰਮਲ ਸਿੰਘ ਜੀ ਚੋਲਾ ਸਾਹਿਬ ਸ਼ੁਰੂ ਤੋਂ ਸਿੱਖ ਧਰਮ ਦੇ ਵਿਚਾਰਾਂ ਦੇ ਧਾਰਨੀ ਸਨ। ਇਸ ਦਾ ਮੇੜ ਕਾਰਨ ਇਹੋ ਸੀ ਕਿ ਉਸ ਵੇਲੇ ਦਲ ਪੰਥ ਬਾਬਾ ਬਿਧੀ ਚੰਦ ਤਰਨਾ ਦਲ ਨਿਹੰਗ ਸਿੰਘਾਂ ਦਾ ਇੱਕ ਖਾਸ ਕੇਂਦਰੀ ਅਸਥਾਨ ਮੁੰਡਾ ਪਿੰਡ ਵਿੱਚ ਹੋਣਾ। ਇਹਨਾਂ ਦਾ ਮੁੱਖ ਸੇਵਾਦਾਰ ਉਸ ਵੇਲੇ ਬਾਬਾ ਅਮਰਜੀਤ ਸਿੰਘ ਸੀ। ਬਾਬਾ ਨੰਦ ਸਿੰਘ ਜੀ ਮੁੰਡਾ ਪਿੰਡ ਵਾਲੇ ਮਹਾਂਪੁਰਸ਼ ਜੋ ਬਹੁਤ ਹੀ ਵਿਦਵਾਨ, ਨੇਕ ਤੇ ਖੁੱਲ੍ਹੇ ਸੁਭਾਅ ਦੇ ਮਾਲਕ ਨੇ। ਇਸੇ ਕਾਰਨ ਇਲਾਕੇ ਦੀਆਂ ਸੰਗਤਾਂ ਰਾਗੀ ਢਾਡੀ ਕਵੀਸ਼ਰ ਸ਼ੁਰੂ ਹੋ ਕੇ ਗ੍ਰੰਥੀ ਸਿੰਘਾਂ ਦੇ ਦਿਲ ਵਿੱਚ ਇਸ ਜਥੇਬੰਦੀ ਦੇ ਨਾਲ ਅੰਤ ਦਾ ਪਿਆਰ ਹੈ। ਸਰਦਾਰ ਨਿਰਮਲ ਸਿੰਘ ਚੋਲਾ ਸਾਹਿਬ ਜੀ ਦਾ ਜਨਮ ਸਰਦਾਰ ਸੁੱਚਾ ਸਿੰਘ ਅਤੇ ਮਾਤਾ ਤੇਜ ਕੌਰ ਜੀ ਦੀ ਪਵਿੱਤਰ ਕੁੱਖੋਂ 3 ਅਗਸਤ 1954 ਈਸਵੀ ਵਿੱਚ ਹੋਇਆ। ਉਹਨਾਂ ਨੂੰ ਗੁਰੂ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਪੜ੍ਹਨ ਦਾ ਸ਼ੁਰੂ ਤੋਂ ਹੀ ਸ਼ੌਕ ਸੀ। ਬਹੁਤ ਛੇਤੀ ਹੀ ਗੁਰੂ ਦੇ ਖੰਡ ਪਾਠੀ ਬਣ ਗਏ। ਜਦੋਂ ਉਹਨਾਂ ਨੇ ਖੰਡੇ ਦੀ ਪਹੁਲ ਛਕੀ ਤਾਂ ਭਾਈ ਨਿਰਮਲ ਸਿੰਘ ਜੀ ਦੇ ਨਾਲ
ਨਿਹੰਗ ਸਿੰਘ ਬਾਣਾ ਉਹਨਾਂ ਪਹਿਣ ਲਿਆ। ਦਸਮ ਪਿਤਾ ਦੀ ਪਵਿੱਤਰ ਬਾਣੀ ਨੂੰ ਚੰਗੀ ਤਰ੍ਹਾਂ ਅਧਿਐਨ ਕੀਤਾ ਏ। ਉਹਨਾਂ ਨੇ ਚੰਗੇ ਗੁਣਾਂ ਨੂੰ ਵੇਖ ਕੇ ਬਾਬਾ ਅਮਰਜੀਤ ਸਿੰਘ ਜੀ ਮੁੰਡੇ ਪਿੰਡ ਵਾਲੇ, ਬਾਬਾ ਨੰਦ ਸਿੰਘ ਜੀ ਮਹਾਂਪੁਰਸ਼ ਵਾ, ਬਹੁਤ ਜਿਹੜੀ ਵਿਦਵਾਨਾਂ ਦੀ ਕਦਰ ਕਰਦੇ ਨੇ, ਅਤੇ ਉਹਨਾਂ ਨੇ ਆਪਣੀ ਭੂਆ ਦੀ ਬੇਟੀ ਦਲੇਰ ਕੌਰ ਦਾ ਆਨੰਦ ਕਾਰਜ ਗਿਆਨੀ ਨਿਰਮਲ ਸਿੰਘ ਜੀ ਦੇ ਨਾਲ ਕਰ ਦਿੱਤਾ। ਵਾਹਿਗੁਰੂ ਦੀ ਕਿਰਪਾ ਸਦਕਾ ਉਹਨਾਂ ਦੇ ਗ੍ਰਹਿ ਵਿਖੇ ਚਾਰ ਸਪੁੱਤਰਾਂ ਨੇ ਜਨਮ ਲਿਆ। ਕੁਛ ਸਮੇਂ ਬਾਅਦ ਨਿਰਮਲ ਸਿੰਘ ਜੀ ਚੋਲਾ ਸਾਹਿਬ ਨੇ ਕਵੀ ਸ਼੍ਰੀ ਵਿੱਚ ਕਦਮ ਰੱਖਿਆ। ਭਾਈ ਸਾਹਿਬ ਛੇਤੀ ਹੀ ਚੰਗੀ ਸੁਰ ਕਾਰਨ ਨਾਂਵਰ ਕਵੀਸ਼ਰਾਂ ਵਿੱਚ ਗਿਣੇ ਜਾਣ ਲੱਗੇ। ਖੰਡ ਪਾਠੀ ਸਾਹਿਬ ਤੋਂ ਭਾਈ ਨਿਰਮਲ ਸਿੰਘ ਜੀ ਚੋਲਾ ਜਿਵੇਂ ਕਵੀਸ਼ਰ ਬਣਿਆ, ਉਸ ਵੇਲੇ ਦੇ ਨਕਸ਼ੇ ਨੂੰ ਕਵੀਸ਼ਰੀ ਜਥਾ ਹੈ ਇੰਜ ਬਿਆਨ ਕਰਦਾ ਹੈ। ਧੋਤੀ ਦਾ ਉਹ ਪਾਠੀ ਸੁੰਦਰ ਸ਼ਬੀਲਾ ਸੀ, ਮਿੱਠੜੀ ਆਵਾਜ਼ ਬੜਾ ਫਰਤੀਲਾ ਸੀ। ਉਹ ਮਿੱਠੜੀ ਆਵਾਜ਼ ਬੜਾ ਫਰਤੀਲਾ ਸੀ। ਉਹ ਰੋਮ ਰੋਮ ਵਸਿਆ ਸੀ ਜਿਹਦੇ ਇਸ਼ਰਾਏ, ਬਣ ਗਿਆ ਪਾਟੀ ਤੋਂ ਪੱਕਾ ਕਵੀ ਸ਼ਰਾਏ, ਬਣ ਗਿਆ ਪਾਟੀ ਤੋਂ ਪੱਕਾ ਕਵੀ ਸ਼ਰਾਏ। ਬਈ ਦਇਆ ਸਿੰਘ ਬਾਬਾ ਜੀ ਦੀ ਨਿਗਾਹ ਚੜਿਆ, ਮੇਰੇ ਘਰ ਮੇਰੇ ਨਾਲ ਉਹਨਾਂ ਕੜਿਆ, ਮੇਰੇ ਘਰ ਮੇਰੇ ਨਾਲ ਉਹਨਾਂ ਕੜਿਆ। ਬਖਸ਼ੀਆਂ ਬਖਸ਼ੀ ਸਾਈ ਬਖਸ਼ੀ ਸ਼ਰਾਏ, ਬਣ ਗਿਆ ਪਾਟੀ ਤੋਂ ਪੱਕਾ ਕਵੀ ਸ਼ਰਾਏ, ਬਣ ਗਿਆ ਪਾਟੀ ਤੋਂ ਪੱਕਾ ਕਵੀ ਸ਼ਰਾਏ। ਦੋਰਾ ਲਾ ਕੇ ਜਦੋਂ ਕਵਿਤਾ ਸੀ ਪੜਦਾ, ਦੋਰਾ ਲਾ ਕੇ ਜਦੋਂ ਕਵਿਤਾ ਸੀ ਪੜਦਾ, ਸੰਗਤਾਂ ਨੂੰ ਸੁਣ ਕੇ ਸਰੂਰ ਚਾੜਦਾ, ਸੰਗਤਾਂ ਨੂੰ ਸੁਣ ਕੇ ਸਰੂਰ ਚਾੜਦਾ। ਬਣ ਗਿਆ ਟੀਸੀ ਵਾਲਾ ਮੇਰ ਟੀਸ਼ਰਾਏ, ਬਣ ਗਿਆ ਪਾਟੀ ਤੋਂ ਪੱਕਾ ਕਵੀ ਸ਼ਰਾਏ, ਬਣ ਗਿਆ ਪਾਟੀ ਤੋਂ ਪੱਕਾ ਕਵੀ ਸ਼ਰਾਏ। ਬਈ ਚੋਲਾ ਪਿੰਡ ਸਾਰੇ, ਚੋਲਾ ਪਿੰਡ ਸਾਰੇ ਮਸ਼ਹੂਰ ਹੋ ਗਿਆ, ਮਿਹਰਬਾਨ ਉਹਦੇ ਤੇ ਹਜ਼ੂਰ ਹੋ ਗਿਆ। ਹਾਂ ਮਿਹਰਬਾਨ ਉਹਦੇ ਤੇ ਹਜ਼ੂਰ ਹੋ ਗਿਆ। ਬਾਣੀ ਬਾਣੀ ਵਿੱਚ ਰੰਗੇ ਅਤ ਪਿਸ਼ਰਾ, ਬਾਣੀ ਬਾਣੀ ਵਿੱਚ ਰੰਗੇ ਅਤ ਪਿਸ਼ਰਾ, ਬਣ ਗਿਆ ਪਾਟੀ ਤੋਂ ਪੱਕਾ ਕਵੀ ਸ਼ਰਾਏ, ਬਣ ਗਿਆ ਪਾਟੀ ਤੋਂ ਪੱਕਾ ਕਵੀ ਸ਼ਰਾਏ। ਬਈ ਲਾਉਂਦਾ ਜਦੋਂ ਟਾਰਾਂ ਬਾਹਾਂ ਨੂੰ ਕੱਢ ਕੇ, ਦੁਨੀਆ ਬਿਠਾ ਦਿੰਦਾ ਸੀ ਉਹ ਗੱਡ ਕੇ, ਦੁਨੀਆ ਬਿਠਾ ਦਿੰਦਾ ਸੀ ਉਹ ਗੱਡ ਕੇ। ਉਹ ਲੋੜਿਆਂ ਦਾ ਉਹਨੂੰ ਆਖਦੇ ਕਵੀ ਸ਼ਰਾਏ, ਬਣ ਗਿਆ ਪਾਟੀ ਤੋਂ ਪੱਕਾ ਕਵੀ ਸ਼ਰਾਏ, ਬਣ ਗਿਆ ਪਾਟੀ ਤੋਂ ਪੱਕਾ ਕਵੀ ਸ਼ਰਾਏ। ਬਈ ਜਾਗੋ ਵਾਲਾ ਜਾਗੋ ਵਾਲਾ ਲੋਕ ਆਖਦੇ, ਜਾਗੋ ਵਾਲਾ ਜਾਗੋ ਵਾਲਾ ਲੋਕ ਆਖਦੇ, ਤੇਰੇ ਉੱਤੇ ਮਾਣ ਇੱਕ ਠੋਕ ਆਖਦੇ, ਤੇਰੇ ਉੱਤੇ ਮਾਣ ਇੱਕ ਠੋਕ ਆਖਦੇ। ਓ ਵਾਹਿਗੁਰੂ ਤੇ ਓਟ ਰੱਖਦਾ ਮਿਸ਼ਰਾਏ, ਬਣ ਗਿਆ ਪਾਟੀ ਤੋਂ ਪੱਕਾ ਕਵੀ ਸ਼ਰਾਏ, ਬਣ ਗਿਆ ਪਾਟੀ ਤੋਂ ਪੱਕਾ ਕਵੀ ਸ਼ਰਾਏ। ਬਈ ਕਹਿੰਦੇ ਉਹਨੂੰ ਸਾਰੇ, ਹਾਂ ਕਹਿੰਦੇ ਉਹਨੂੰ ਸਾਰੇ, ਕੋਇਲ ਪੰਜਾਬ ਦੀ ਧਰਤੀ ਵਿਮਾਨ ਕਰੇ ਪੰਜਾਬ ਦੀ, ਹਾਂ ਧਰਤੀ ਵਿਮਾਨ ਕਰੇ ਪੰਜਾਬ ਦੀ। ਪ੍ਰੀਤ ਸਿਰਾਇਆ ਲੈ ਕੇ ਡਾਲ ਕੀ ਸ਼ਰਾਏ, ਪ੍ਰੀਤ ਸਿਰਾਇਆ ਲੈ ਕੇ ਡਾਲ ਕੀ ਸ਼ਰਾਏ, ਬਣ ਗਿਆ ਪਾਟੀ ਤੋਂ ਪੱਕਾ ਕਵੀ ਸ਼ਰਾਏ, ਬਣ ਗਿਆ ਪਾਟੀ ਤੋਂ ਪੱਕਾ ਕਵੀ ਸ਼ਰਾਏ। ਪੰਜਾਬੀ ਦਾ ਇੱਕ ਮਹਾਨ ਕਵੀ ਲਿਖਦਾ ਏ,
ਅੰਬੜਾਂ ਦੀ ਤਾਣੀ ਉੱਤੇ ਲੱਖਾਂ ਚੜਦੇ ਤਾਰੇ ਵਿੜਲੇ ਵਿੜਲੇ ਨੂੰ ਸਿਰ ਝੁਕਦਾ ਪੂਜਣ ਯੋਗ ਨਹੀਂ ਸਾੜੇ। ਸਰਦਾਰ ਨਿਰਮਲ ਸਿੰਘ ਜੀ ਸ਼ੁਰੂ ਤੋਂ ਹੀ ਸੰਤ ਮਹਾਂਪੁਰਸ਼ਾਂ ਦੇ ਚੰਗੇ ਪ੍ਰੇਮੀ ਸੀ। ਇੱਕ ਬੜਾ ਬਾਬਾ ਬਿਸ਼ਨ ਸਿੰਘ ਜੀ ਤਰਨਾ ਦਲ ਵਾਲੇ ਬਾਬਾ ਬਕਾਲਾ ਸਾਹਿਬ ਵਾਲਿਆਂ ਨੇ ਖੰਡ ਪਾਠ ਕਰਦਿਆਂ ਸਰਵਨ ਕੀਤਾ। ਕਹਿਣ ਲੱਗੇ ਕਿ ਭਾਈ ਨਿਰਮਲ ਸਿੰਘ ਜੀ ਬਹੁਤ ਵਧੀਆ ਖੰਡ ਪਾਠੀ ਨੇ। ਤਾਂ ਕੋਲ ਬੈਠੇ ਮਹਾਂਪੁਰਸ਼ ਬਾਬਾ ਦਇਆ ਸਿੰਘ ਜੀ ਬੀਧੀ ਚੰਦੀਆ ਕਹਿਣ ਲੱਗੇ, ਬਾਬਾ ਜੀ ਇਹ ਬਹੁਤ ਵਧੀਆ ਚੋਟੀ ਦਾ ਕਵਿਸ਼ਰ ਸਿੰਘ ਵੀ ਹੈ। ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਵੱਧ ਅਧਿਕਾਰਾਂ ਦਾ ਮੋਰਚਾ ਲਾਇਆ ਤੇ ਹੌਲੀ ਹੌਲੀ ਇਹ ਮੋਰਚਾ ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਇਸ ਦੀ ਗਵਾਹੀ ਕਰਨ ਲੱਗੇ ਨੇ। ਉਸ ਵੇਲੇ ਜ਼ਾਲਮ ਸਰਕਾਰ ਤੇ ਕੁਝ ਚੌਧਰ ਤੇ ਅਹੁਦਿਆਂ ਦੀ ਖਾਤਰ ਸਿੰਘਾਂ ਉੱਤੇ ਜ਼ੁਲਮ ਕਰਨ ਲੱਗੇ ਨੇ। ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਖਾਲਸਾ ਜਾਓ ਜਲਾਲ ਦੇ ਵਿੱਚ ਮੋੜਵਾਂ ਜਵਾਬ ਦਿੱਤਾ ਤੇ ਸਰਕਾਰ ਥਰ ਥਰ ਕੰਬਣ ਲੱਗ ਪਈ। ਹੁਣ ਹੜ ਬਲਾੜਾ ਹੀ ਗਰਮ ਤਕਰੀਰ ਕਰਦਾ ਏ, ਭਾਵੇਂ ਹੜ ਰਾਗੀ ਢਾਡੀ ਕਵੀਸ਼ਰ ਤੇ ਲੈਕਚਰ ਆੜ ਚੜ੍ਹਦੀਆਂ ਕਲਾ ਦੀਆਂ ਗੱਲਾਂ ਕਰਦੇ ਸੀ, ਪਰ ਗਿਆਨੀ ਜਗੀਰ ਸਿੰਘ ਜੀ ਮਸਤ ਉਸ ਸਮੇਂ ਬਹੁਤ ਗੜਮ ਲਿਖਦੇ ਤੇ ਕਵਿਤਾ ਬੋਲਦੇ ਸੀ, ਜਿਨ੍ਹਾਂ ਵਿੱਚ ਭਾਈ ਨਿਰਮਲ ਸਿੰਘ ਜੀ ਚੋਲਾ ਸਾਹਿਬ, ਸੁਲੱਖਣ ਸਿੰਘ ਜੀ ਕੰਘ, ਭਾਈ ਜਰਨੈਲ ਸਿੰਘ ਗੰਡੀ ਵਿੰਡੀਆ, ਇਹਨਾਂ ਦਾ ਜਥਾ ਜਗੀਰ ਸਿੰਘ ਮਸਤ ਦਾ ਸਾਥ ਦਿੰਦਾ ਸੀ। ਇਹਨਾਂ ਨੇ ਬਹੁਤ ਸਰਗਰਮੀ ਵਿਖਾਈ ਤੇ ਉਸ ਵੇਲੇ ਗਿਆਨੀ ਜਗਦੀਪ ਸਿੰਘ ਜੀ ਰੰਧਾਵਾ ਮਹਿਮਾ ਚੱਕ ਨੇ ਜਾਗੋ ਲਿਖੀ, ਸਿੰਘਾ ਜਾਗ ਪਈ ਹੁਣ ਜਾਗੋ ਆਈ ਆ, ਭਿੰਡਰਾਂ ਵਾਲਿਆਂ ਸੰਤਾਂ ਨੇ ਨੀਂਹ ਕੜਕੇ ਕਲਾਈ ਆ, ਮੋਟਰ ਸਾਈਕਲ ਵਾਲਿਆਂ ਨੇ ਪਿੱਛੇ ਬਿਠਾਈ ਆ। ਇਸ ਕਵਿਤਾ ਨੂੰ ਨਿਰਮਲ ਸਿੰਘ ਚੋਲਾ ਸਾਹਿਬ ਨੇ ਹਿੱਟ ਕੀਤਾ। ਭਾਈ ਨਿਰਮਲ ਸਿੰਘ ਜੀ ਜਾਗੋ ਵਾਲੇ ਪ੍ਰਸਿੱਧ ਹੋ ਗਏ। ਗਿਆਨੀ ਸੁਲੱਖਣ ਸਿੰਘ ਜੀ ਕੰਘ ਦੱਸਦੇ ਨੇ ਕਿ ਪੰਜਾਬ ਦੀ ਕੋਲ ਦਾ ਖਿਤਾਬ ਪੰਜਾਬ ਦੇ ਲੋਕਾਂ ਤੇ ਗਿਆਨੀ ਸੁਲੱਖਣ ਸਿੰਘ ਕੰਘ ਨੇ ਦਿੱਤਾ। ਜਿਵੇਂ ਨਿਰਮਲ ਸਿੰਘ ਚੋਲਾ ਸਾਹਿਬ ਜੀ ਦੇ ਸੰਸਾਰ ਵਿੱਚ ਚਰਚਾ ਹੋਈ, ਕਵੀ ਸ਼੍ਰੀ ਜਥਾ ਹੇ ਇੰਜ ਬਿਆਨ ਕਰਦਾ, ਚੋਲੇ ਪਿੰਡ ਦੀ ਕੋਇਲ ਦੇਸੀ ਦੂਰ ਦੂਰ ਤੱਕ ਚਰਚੇ, ਪਿੰਡੋ ਪਿੰਡੀ ਛਪਦੇ ਰਹਿੰਦੇ ਉਹਦੇ ਨਾਂ ਦੇ ਪਰਚੇ, ਸੂਰਮਿਆਂ ਦੀਆਂ ਵਾਰਾਂ ਗਾਜੋ ਨਿੱਤ ਸਟੇਜ ਤੇ ਬੜਕੇ, ਜਾਗੋ ਵਾਲਾ ਨਿਰਮਲ ਅੱਖਾਂ ਵਿੱਚ ਪੁਲਿਸ ਦੇ ਰੜਕੇ, ਪੁਲਿਸ ਪਾਲ ਦੀ ਫਿਰੇ ਆਖਦੀ ਜਾਗੋ ਵਾਲਾ ਚੱਕਣਾ, ਆਪੋ ਵਿੱਚ ਦੀ ਮਤਾਂ ਪਕਾਉਂਦੇ ਰਾਹ ਹੈ ਉਹਦਾ ਡੱਕਣਾ, ਛਾਪੇ ਮਾਰੀ ਨਤਈ ਹੁੰਦੀ ਪਿੰਡ ਚੱਲੇ ਵਿੱਚ ਤੜਕੇ, ਜਾਗੋ ਵਾਲਾ ਨਿਰਮਲ ਅੱਕਾਏ ਵਿੱਚ ਪੁਲਿਸ ਦੇ ਰੜਕੇ, ਦਿਲ ਦੀ ਧੜਕਣ ਬਣ ਗਿਆ ਯੋਧਾ, ਉਹ ਦਿਲ ਦੀ ਧੜਕਣ ਬਣ ਗਿਆ ਯੋਧਾ, ਲੋਕ ਉਡੀਕਣ ਰਾਵਾਂ ਹਰ ਇੱਕ ਦੀ ਹੈ ਜੀਬ ਦੇ ਉੱਤੇ ਨਿਰਮਲ ਚੋਲਾ ਨਾਵਾਂ, ਦੂਰ ਦੂਰ ਤੱਕ ਖੜਕੇ ਜਾਗੋ ਵਾਲਾ ਨਿਰਮਲ ਅੱਕਾਏ ਵਿੱਚ ਪੁਲਿਸ ਦੇ ਰੜਕੇ, ਪੁਲਿਸ ਵਾਲਿਆਂ ਪੂਛ ਚੁੱਕ ਲਈ ਜਦੋਂ ਬੋਲਿਆ ਸੰਗਾ, ਬੁੱਚੜ ਇੱਕ ਤਾਂ ਫੇਰ ਰਹੇ ਸੀ ਖਾੜ ਕੁਆਂ ਨੂੰ ਕੰਗਾ, ਨਾਮ ਤੋੜ ਕੇ ਸ਼ੇਰ ਬੋਲਦਾ ਜਿਹੜਾ ਹੈ ਕੜ ਕੜਕੇ, ਜਾਗੋ ਵਾਲਾ ਨਿਰਮਲ ਅੱਕਾਏ ਵਿੱਚ ਪੁਲਿਸ ਦੇ ਰੜਕੇ, ਬੁੱਚੜਾਂ ਨੂੰ ਚਰਨਾ ਟਾਂ ਛਿੜੀਆਂ, ਬੁੱਚੜਾਂ ਨੂੰ ਝਰਨਾ ਟਾਂ ਛਿੜੀਆਂ, ਹੋ ਸੁਣ ਕੇ ਉੱਚੀਆਂ ਹੇਕਾਂ ਪਤਾ ਪਾਲ ਦੇ ਉਸ ਦਾ ਲਾਲਾ, ਟੋਟਾ ਕੋਲ ਬਰੇਕਾਂ, ਹਰ ਵੇਲੇ ਹੀ ਗੱਲੀ ਬਾਤੀ ਅੱਖਾਂ ਟੋਟਾਂ ਦੀ ਫੜਕੇ, ਜਾਗੋ ਵਾਲਾ ਨਿਰਮਲ ਅੱਕਾਏ ਵਿੱਚ ਪੁਲਿਸ ਦੇ ਰੜਕੇ, ਨਿਰਮਲ ਸਿੰਘ ਦੀ ਦੇਖ ਚੜਾਈ ਭੈਣ ਪੁਲਿਸ ਨੂੰ ਦੰਦਲਾ, ਬਿਨਾਂ ਮਸਾਲੇ ਕਹਿੰਦੇ ਖਾ ਜੋ ਕੂਲੀਆਂ ਕੂਲੀਆਂ ਗੰਦਲਾ, ਖਾੜਕੂਆਂ ਦੀਆਂ ਵਾਰਾਂ ਗਾਉਂਦਾ ਜੋ ਸੱਟੇ ਜੀ ਚੜਕੇ, ਜਾਗੋ ਵਾਲਾ ਨਿਰਮਲ ਅੱਕਾਏ ਵਿੱਚ ਪੁਲਿਸ ਦੇ ਰੜਕੇ, ਪੈੜ ਦੱਬਲੀ ਪੁਲਿਸ ਹਮੇਸ਼ਾ, ਪੈੜ ਦੱਬਦੀ ਪੁਲਿਸ ਹਮੇਸ਼ਾ, ਉਹ ਰਹਿੰਦੀ ਸੂਆ ਲੈਂਦੀ ਜਾਗੋ ਵਾਲਾ ਕਰਦੀ ਰਹਿੰਦੀ ਸੱਤਿਆ ਉੱਠਦੀ ਬਹਿੰਦੀ, ਉਹ ਪੱਤਰ ਦਿਲ ਹਾਕਮ ਦਾ ਸੀਨਾ ਅੰਦਰੋਂ ਅੰਦਰ ਹੀ ਧੜਕੇ, ਜਾਗੋ ਵਾਲਾ ਨਿਰਮਲ ਅੱਕਾਏ ਵਿੱਚ ਪੁਲਿਸ ਦੇ ਰੜਕੇ।
पुलिस दियां अखां विच नरकड़िया है। पहलों भाई जगीर सिंह मस्त ज्ञानी जरनैल सिंह जी गंडी विंडिगा भाई सुलखन सिंह दे नाल गाउंदा सी। उसने अपना जथा तैयार कर लिया। पंजाब अंदर हिंदुस्तानी जुलम विरुद्ध लड़े जा रहे सिख संघर्ष विच सिख गबड़ुआ वालों पुरजा पुरजा कट के पाइया जा रही शहीदियां निर्मल सिंह विशेष तौर पर खिच पाउंदियां ते उन्हां सुड़मियां दियां वाड़ां लिख के स्टेज ते बोलदा। संगतां वालों जो तिल फुल मिलदा है उस दे नाल अपना पत्नी ते चार बच्चों की पालन पोषण कर रहा सी। 1984 तो बाद खाड़कू दौड़ भी आया। भाई निर्मल सिंह जी ने बहुत हिस्सा लिया। कौम की आवाज तकड़े होके बुलंद किया। उन्हों का इस समय खाड़कुआ सिंघां दे नाल बहुत प्यार सी। खास करके भाई सुखदेव सिंह जी सखीरा भाई कुलदीप सिंह जी मुछल उन्होंने बहुत प्यार करते। जदों पुलिस ने तशद्दुद का दौड़ आया तो उन्होंने कई टिकाने रहिश लई बदलने पे। इस कारण वो चोला साहब आ गए। चोला साहब के नाम नाल जाने जान लगे। भाई निर्मल सिंह जी चोला साहब जी ने कविश्री चार चन्न जिवें लाए। कविश्री जथा एक डोली छंद ਇਉਂ ਬਿਆਨ ਕਰਦਾ ਨਿਰਮਲ ਚੋਲੇ ਪਿੰਡ ਦਾ ਚੰਨ ਪਾਣ ਕੇ ਕਵੀ ਸ਼ਰੀ ਦਾ ਚਮਕੇ ਨਿਰਮਲ ਚੋਲੇ ਪਿੰਡ ਦਾ ਚੰਨ ਪਾਣ ਕੇ ਕਵੀ ਸ਼ਰੀ ਦਾ ਚਮਕੇ ਨਿਰਮਲ ਚੋਲੇ ਪਿੰਡ ਦਾ ਸੱਤਾਂ ਵਿੱਚ ਗੱਲਾਂ ਜੀ ਦੀਆਂ ਮੈਂ ਸੁਣੀਆਂ ਸੱਤਾਂ ਵਿੱਚ ਗੱਲਾਂ ਜੀ ਦੀਆਂ ਮੈਂ ਸੁਣੀਆਂ ਉਹਦੀ ਜਾਗੋ ਦੀ ਦੀਵਾਨੀ ਕੀਤੀ ਦੁਨੀਆ ਉਹਦੀ ਜਾਗੋ ਨੇ ਦੀਵਾਨੀ ਕੀਤੀ ਦੁਨੀਆ ਸੁਰਾਂ ਦੀਆਂ ਤੁਣੀਆਂ ਜਿਹਦੇ ਗਲੇ ਵਿੱਚ ਸੁਰਾਂ ਦੀਆਂ ਤੁਣੀਆਂ ਉਹਦੀ ਗਾਉਣੀ ਸੀ ਕਮਾਲ ਕੱਢੇ ਨਵੀਂ ਨਿੱਤ ਚਾਲ ਅੱਖ ਕੋਈ ਨਾ ਸਰੋਤਾ ਪੂਰਾ ਚਮਕੇ ਨਿਰਮਲ ਚੋਲੇ ਪਿੰਡ ਦਾ ਚੰਨ ਬਣ ਕੇ ਕਵੀ ਸ਼ਰੀਰ ਦਾ ਚਮਕੇ ਨਿਰਮਲ ਚੋਲੇ ਪਿੰਡ ਦਾ ਉਹਨੇ ਨਲੂਆ ਜੁਗਾਇਆ ਕੋਈ ਤੋੜਨਾ ਉਹਨੇ ਨਲੂਆ ਜੁਗਾਇਆ ਕੋਈ ਤੋੜਨਾ ਸੀ ਕਵੀ ਸ਼ਰਾਂ ਚ ਨੇਤਾ ਨੂਰ ਵੱਖਰਾਈ ਚਿਹਰੇ ਉੱਤੇ ਦਮਕੇ ਨਿਰਮਲ ਚੋਲੇ ਪਿੰਡ ਦਾ ਚੰਨ ਬਣ ਕੇ ਕਵੀ ਸ਼ਰੀ ਦਾ ਚਮਕੇ ਨਿਰਮਲ ਚੋਲੇ ਪਿੰਡ ਦਾ ਪੇਸ਼ ਕੀਤਾ ਉਹਨੇ ਵੱਡਾ ਕੱਲੂਕਾਰਾ ਸੀ ਪੇਸ਼ ਕੀਤਾ ਉਹਨੇ ਵੱਡਾ ਕੱਲੂਕਾਰਾ ਸੀ ਤਾਰੂ ਸਿੰਘ ਗਾਇਆ ਜਾਣ ਤੋਂ ਪਿਆਰਾ ਸੀ ਤਾਰੂ ਸਿੰਘ ਗਾਇਆ ਜਾਣ ਤੋਂ ਪਿਆਰਾ ਸੀ ਲਾਜਾ ਰੱਖੀ ਕਹਿੰਦਾ ਪਾਰ ਵਰਦਗਾਰਾ ਸੀ ਲਾਜਾ ਰੱਖੀ ਕਹਿੰਦਾ ਪਾਰ ਵਰਦਗਾਰਾ ਸੀ ਕੱਲਾ ਨਿਰਮਲ ਵੀਰ ਨਾਲ ਮਸਤ ਜਗੀਰ ਜੋੜੀ ਫੱਬਦੀ ਸੀ ਗਾਉਂਦੇ ਜਦੋਂ ਜੰਮ ਕੇ ਨਿਰਮਲ ਚੋਲੇ ਪਿੰਡ ਦਾ ਚੰਨ ਬਣ ਕੇ ਕਵੀ ਸ਼ਰੀ ਦਾ ਚਮਕੇ ਨਿਰਮਲ ਚੋਲੇ ਪਿੰਡ ਦਾ ਲੋਕੀ ਹੀਰ ਰਾਂਝੇ ਗਾਉਂਦੇ ਸਹਿਬਾ ਸੱਸੀਆਂ ਲੋਕੀ ਹੀਰ ਰਾਂਝੇ ਗਾਉਂਦੇ ਸਹਿਬਾ ਸੱਸੀਆਂ ਸ਼ੀਲੀਆਂ ਸੀ ਦੱਸੀਆਂ ਉਹਨੇ ਵਾਰਾ ਗੱਜ ਸ਼ੀਲੀਆਂ ਸੀ ਦੱਸੀਆਂ ਹੱਪ ਵਾਂਗ ਸਰਕਾਰਾਂ ਨੂੰ ਜੋ ਡੱਸੀਆਂ ਹੱਪ ਵਾਂਗ ਜੋ ਸਰਕਾਰਾਂ ਨੂੰ ਸੀ ਡੱਸੀਆਂ ਜਦੋਂ ਗੂੰਜ ਦੇ ਰਿਕਾਰਡ ਬੈਰੀ ਪਾ ਜਾਂਦੇ ਰਾੜ ਜਿੱਥੇ ਜਿੱਥੇ ਵੀ ਆ ਬੋਲੇ ਉਹਦੇ ਧਮਕੇ ਨਿਰਮਲ ਚੋਲੇ ਪਿੰਡ ਦਾ ਚੰਨ ਬਣ ਕੇ ਕਵੀ ਸ਼ਰੀ ਦਾ ਚਮਕੇ ਨਿਰਮਲ ਚੋਲੇ ਪਿੰਡ ਦਾ ਸੂਰ ਮੇਣ ਗੱਜ ਕੇ ਗਾ ਜਦ ਸੂਰ ਮੇਣ ਗੱਜ ਕੇ ਹੋ ਗਏ ਚਰਸੇ ਸੀ ਪੂਰੇ ਉਹਦੇ ਰੱਜ ਕੇ ਹੋ ਗਏ ਚਰਸੇ ਸੀ ਪੂਰੇ ਉਹਦੇ ਰੱਜ ਕੇ
ਸਤੰਬਰ 1990 ਨੂੰ ਭਿੰਡਰਾਂ ਵਾਲਾ ਟਾਈਗਰ ਫੋਰਸ ਦੇ ਮੁਖੀ ਭਾਈ ਸੁਖਵਿੰਦਰ ਸਿੰਘ ਸੰਘਾ ਨੂੰ ਜ਼ਾਲਮ ਸਰਕਾਰ ਨੇ ਘੇੜ ਕੇ ਸ਼ਹੀਦ ਕੀਤਾ ਏ। ਨਿਰਮਲ ਸਿੰਘ ਲਿਖਦਾ ਸੀ ਕਿ ਚੜਿਆ 3 ਨਵੰਬਰ ਦਾ ਦਿਨ ਭੈੜਾ, ਜਿੰਨੇ ਚੜ੍ਹਦਿਆਂ ਕਹਿੜ ਗਜ਼ਾਰਿਆ ਏ, 5 ਸੂਰਮੇ ਟਾਈਗਰ ਦੇ ਸ਼ਹੀਦ ਕਰਕੇ ਸੀਨੇ ਕੌਮ ਦੇ ਛੁੜਾ ਮਾਰਿਆ ਏ, ਧੜਕਣ ਕੌਮ ਦੇ ਦਿਲਾਂ ਦੀ ਚੀਫ ਸੰਘਾ ਭੁੱਲੜ ਪਿੰਡ ਤੇ ਮੌਤ ਵਿਆਹ ਗਿਆ ਏ। ਉੱਚੀ ਸੋਚ ਤੇ ਰੋਸ਼ਨ ਦਿਮਾਗ ਵਾਲਾ ਸੰਘਾ ਕੌਮ ਲਈ ਸ਼ਹੀਦੀ ਪਾ ਗਿਆ ਏ। ਸੰਘਾ ਸਾਹਿਬ ਨੂੰ ਸ਼ਹੀਦ ਕਰਨ ਵਾਲੇ ਜ਼ਿੰਮੇਵਾਰ ਅਫਸਰ SSP ਆਪਰੇਸ਼ਨ ਤਨ ਤਾੜਨ ਸਰਦਾਰ ਹਰਜੀਤ ਸਿੰਘ ਨੂੰ ਸਿੰਘਾਂ ਵੱਲੋਂ ਚੈਲੰਜ ਕਰਕੇ ਭਾਈ ਸੰਘੇ ਦੇ 20 ਦਿਨਾਂ ਤੋਂ ਬਾਅਦ ਉਹਨਾਂ ਦੀ ਸ਼ਹੀਦੀ ਤੋਂ 20 ਦਿਨਾਂ ਤੋਂ ਬਾਅਦ ਪਹਾੜੀ ਸੁਰੱਖਿਆ ਘੇੜੇ ਵਿੱਚ ਸਿਕਿਉਰਿਟੀ ਵਿਚਲੀ ਅਗਲੀ ਗੱਡੀ ਲੰਘ ਜਾਣ ਪਿੱਛੋਂ ਲੰਘ ਲਈ ਕਾਰ ਨੂੰ ਅਡਾ ਕੇ ਬਦਲਾ ਲੈਣ ਦੀ ਘਟਨਾ ਤੋਂ ਪ੍ਰਭਾਵਿਤ ਹੋ ਕੇ ਭਾਈ ਨਿਰਮਲ ਸਿੰਘ ਚੋਲੇ ਨੇ ਵਾਰ ਲਿਖੀ ਸੀ 24 ਨਵੰਬਰ ਨੂੰ 8:30 ਸੁਬਾਹ ਦੇ ਵਜੇ ਸੰਘੇ ਦੇ ਬਦਲੇ ਲਈ ਮੇਜਰ ਸਿੰਘ ਹੁੜੀਆਂ ਗੱਜੇ ਆਖਿਆ ਸਭ ਖਾੜਕੂਆਂ ਇਸ ਨੂੰ ਸੁੱਧ ਲੱਗਣ ਨਾ ਦੇਣਾ SSP ਆਪਰੇਸ਼ਨ ਦਾ ਕਰਤਾ ਸੀ ਆਪਰੇਸ਼ਨ ਛੇੜਾਂ। ਇਹ ਲਿਖੀ ਹੋਈ ਵਾਰ ਜਦੋਂ ਨਿਰਮਲ ਸਿੰਘ ਚੋਲੇ ਨੇ ਗਾਈ ਤੇ ਬਹੁਤ ਮਕਬੂਲ ਹੋਈ। ਹੁਣ ਤੱਕ ਹਿੰਦੁਸਤਾਨ ਦੀ ਹਕੂਮਤ ਦੀਆਂ ਨਜ਼ਰਾਂ ਵਿੱਚ ਨਿਰਮਲ ਸਿੰਘ ਚੋਲਾ ਡਰਕਣ ਲੱਗ ਪਿਆ ਸੀ। ਇਸ ਹਾਲਤ ਵਿੱਚ ਜੇਕਰ ਹਿੰਦੁਸਤਾਨੀ ਹਕੂਮਤ ਉਸ ਨੂੰ ਫੜ ਕੇ ਕੇਸ ਦਰਜ ਕਰ ਦਿੰਦੀ ਤੇ ਉਸਦੇ ਬੋਲਣ ਦੀ ਆਜ਼ਾਦੀ ਤੇ ਛਾਪਾ ਹੁੰਦਾ, ਪਰ ਇਸ ਤੋਂ ਕਈ ਗੁਣਾ ਵੱਧ ਸਰਕਾਰ ਨੇ ਕੰਨ ਦਾ ਮਣ ਬਣਾ ਚੁੱਕੀ ਸੀ। ਪੁਲਿਸ ਦਾ ਖੁਫੀਆ ਤੰਤਰ ਭਾਈ ਨਿਰਮਲ ਸਿੰਘ ਦੇ ਮਗਰ ਲੱਗ ਚੁੱਕਾ ਏ। ਕੌਮ ਦੀ ਸੇਵਾ ਬਦਲੇ ਭਾਈ ਨਿਰਮਲ ਸਿੰਘ ਨੂੰ ਲੰਮਾ ਸਮਾਂ ਘਰ ਬਾਹਰ ਛੱਡ ਕੇ ਰਹਿਣਾ ਪਿਆ। ਗਿਆਨੀ ਦਲਬੀਰ ਸਿੰਘ ਜੀ ਗਿੱਲ ਮਹਿਮੇ ਚੱਕ ਵਾਲੇ ਦੱਸ ਦੇਣੀ ਕਿ ਭਾਈ ਨਿਰਮਲ ਸਿੰਘ ਤੇ ਜਗੀਰ ਸਿੰਘ ਜੀ ਮਸਤ ਦਲਬੀਰ ਸਿੰਘ ਜੀ ਗਿੱਲ ਵੀ ਇਕੱਠੇ ਰਹਿਣੇ। ਇਸ ਸਮੇਂ ਨਿਰਮਲ ਸਿੰਘ ਦਾ ਬੇਟਾ ਬਲਗਾਰ ਸਿੰਘ ਉਹਨਾਂ ਆਪਣੇ ਕੋਲ ਸਕੂਲ ਵਿੱਚ ਦਾਖਲ ਕਰਾਉਣਾ ਪਿਆ। 2 ਵਾਰ ਦਲਬੀਰ ਸਿੰਘ ਜੀ ਦੱਸ ਦੇਣੀ ਕਿ SSP ਆਲਮਣੀ ਗ੍ਰਿਫਤਾਰ ਕੀਤਾ। 1991 ਤੇ ਉਹ ਰੱਖੜ ਪੁੰਨਿਆਂ ਦੇ ਮੇਲੇ ਤੋਂ ਪ੍ਰੋਗਰਾਮ ਕਰਕੇ ਵਾਪਸ ਆ ਰਿਹਾ ਸੀ। ਹਿੰਦੁਸਤਾਨੀ ਪੁਲਿਸ ਫੋਰਸ ਦਾ ਇੱਕ ਟਾਊਟ ਨੇ ਉਸ ਦੀ ਨਿਸ਼ਾਨਦੇਹੀ ਕਰਕੇ ਉਸ ਨੂੰ ਰਾਹ ਵਿੱਚੋਂ ਹੀ ਬੱਸ ਤੋਂ ਲਾ ਕੇ ਗ੍ਰਿਫਤਾਰ ਕਰਵਾ ਲਿਆ। ਉਸ ਵੇਲੇ ਦੇ ਨਕਸ਼ੇ ਨੂੰ ਮੇਰੇ ਸਾਥੀ ਇੰਜ ਬਿਆਨ ਕਰਦੇ ਨੇ ਕਿ ਜਿਵੇਂ ਨਿਰਮਲ ਸਿੰਘ ਚੋਲੇ ਨੂੰ ਗ੍ਰਿਫਤਾਰ ਜਾਗੋ ਵਾਲਾ ਨਿਰਮਲ ਆ ਰਿਹਾ ਸੀ ਹਰੀ ਕੇ ਵੱਲ ਨੂੰ, ਉਹ ਨਹੀਂ ਸੀ ਜਾਣਦਾ ਯੋਧਾ ਇੰਜ ਕੇਰ ਲੈਣਗੇ ਕੱਲ ਨੂੰ। ਹੋਰਾ ਵਿੱਚ 76 ਪਾਪੀ ਲੈ ਖੜਾ ਸੀ ਵੱਡਾ ਟੋਲਾ, ਕਿਸੇ ਟੋਟੇ ਨੇ ਮੁਖਬਰੀ ਕਰਕੇ ਫੜਾ ਦਿੱਤਾ ਨਿਰਮਲ ਚੋਲਾ। ਪੁਲਿਸ ਨੇ ਦਿੱਤਾ ਬੱਸ ਨੂੰ, ਉਹ ਹੱਥ ਪੁਲਿਸ ਨੇ ਦਿੱਤਾ ਬੱਸ ਨੂੰ, ਤੇ ਦੌੜ ਕੇ ਵੜ ਗਏ ਅੰਦਰ ਬਨ ਮੁਸ਼ਕਾਂ ਜੀ ਵਿੱਚ ਸੁੱਟਿਆ ਲੈ ਤੁਰੇ ਸੀ ਉਹ ਪਤੰਦਰ। ਸਭ ਕਹਿਣੇ ਜਾਗੋ ਵਾਲਿਆ ਤੂੰ ਕਦੋਂ ਮੁੜੇਗਾ ਟੋਲਾ, ਕਿਸੇ ਟੋਟੇ ਨੇ ਮੁਖਬਰੀ ਕਰਕੇ ਫੜਾ ਦਿੱਤਾ ਨਿਰਮਲ ਚੋਲਾ। ਉਹ ਉੱਚੀ ਸੁਰ ਦਾ ਮਾਲਕ ਬਾਂ ਕੱਢ ਕੇ ਗਾਉਂਦਾ ਵਾਰਾਂ, ਅੱਜ ਸੜਕ ਤੇ ਲਾ ਕੇ ਨਾਕਾ ਦਬੋਚ ਲਿਆ ਸਰਕਾਰਾਂ। ਉਹ ਕਦੇ ਪਲਾ ਨਹੀਂ ਕਰਦਾ ਜੋ ਬੰਦਾ ਦਿਲ ਦਾ ਬੋਲਾ, ਕਿਸੇ ਟੋਟ ਨੇ ਮੁਖਬਰੀ ਕਰਕੇ ਫੜਾ ਦਿੱਤਾ ਨਿਰਮਲ ਚੋਲਾ। ਉਹ ਸਾਡੇ ਆਪਣੇ ਕਰਨ ਗਦਾਰੀ, ਉਹ ਸਾਡੇ ਆਪਣੇ ਕਰਨ ਗਦਾਰੀ, ਵੈਰੀ ਵਿੱਚ ਕਿੱਥੇ ਮਾਦਾ ਰਹੀ ਖਾਸਮ ਖਾਸ ਤੋਂ ਬਚ ਕੇ ਸੀ ਕਹਿੰਦਾ ਸਾਡਾ ਦਾਦਾ। ਉਹ ਮਾਸ ਤੋੜ ਕੇ ਲੈ ਗਿਆ ਸਾਡੇ ਘਰ ਦਾ ਮਿੱਠੂ ਗੋਲਾ, ਕਿਸੇ ਟੋਟ ਨੇ ਮੁਖਬਰੀ ਕਰਕੇ ਫੜਾ ਦਿੱਤਾ ਨਿਰਮਲ ਚੋਲਾ। ਉਹਦੀ ਜਾਗੋ ਸੂਈ ਵਾਂਗੂ ਜੀ, ਉਹਦੀ ਜਾਗੋ ਸੂਈ ਵਾਂਗੂ ਹਕੂਮਤ ਦੇ ਚੁੱਭ ਗਈ ਸੀਨੇ, ਸੂ ਦੇ ਕੇ ਕਿਸੇ ਨੇ ਪੱਕੀ ਆ ਫੜੇ ਕਬੂਤਰ ਚੀਨੇ। ਉਹ ਬੜਾ ਨਿਕਲਿਆ ਛਾਤਰ ਮੈਂ ਜਿਸ ਨੂੰ ਸਮਝਿਆ ਲੋਲਾ, ਕਿਸੇ ਟੋਟ ਨੇ ਮੁਖਬਰੀ ਕਰਕੇ ਫੜਾ ਦਿੱਤਾ ਨਿਰਮਲ ਚੋਲਾ। ਕਿਸ ਚੰਦ ਸਿੱਕਿਆਂ ਖਾਤਰ ਪੰਜਾਬ ਦੀ ਕੋਇਲ ਫੜਾਈ, ਉਹ ਨਿਰਮਲ ਨਿਰਮਲ ਦਿਲ ਦਾ ਸੀ ਹੈ ਭਾਈਆਂ ਦਾ ਭਾਈ। ਉਹ ਸਾਦਾ ਨੇਕ ਸੁਭਾਅ ਦਾ ਤੇ ਚੱਕਲੋਂ ਬਾਲਾ ਪੋਲਾ, ਕਿਸੇ ਟੋਟ ਨੇ ਮੁਖਬਰੀ ਕਰਕੇ ਫੜਾ ਦਿੱਤਾ ਨਿਰਮਲ ਚੋਲਾ। ਉਹ ਜਦ ਬੁੱਚੜਾ ਪਾਇਆ ਘੇਰਾ, ਉਹ ਜਦ ਬੁੱਚੜਾ ਪਾਇਆ ਘੇਰਾ, ਸਭ ਮੁਲਕ ਦੰਗ
समझी बुढ़ा खोलाए किस टोट ने मुखबरी करके फड़ा दिता निर्मल चोला। उस भाई निर्मल सिंह चोला साहब वाले नु बस तो ला के गिरफ्तार कर लिया, अनदसी थां ते लै गई। इस पिछों भाई निर्मल सिंह चोला कदे परत के वापस ना आया। चार निके निके बच्चे ते उसकी पत्नी सवेर तो लेके रात तक उसके परत आउण दी अडीक करते रहे, पर वो ना आया। उस बारे खबरां ही आउंदियां रहियां। किसी ने दस्सिया कि उसनू फरीदकोट अल जाके शहीद किया गया, कोई कहिंदा धर्मकोट थाने विच उसनू तसीए दे के गोली मार दित्ती गई। इस बारे इलाके विच जंगल दी अग वांगू एक कहानी अनुसार भाई निर्मल सिंह जी ने जो बीती कुछ पुलिस मुलाजमां राही पता लगा दसी जाती है। वो ये कि निर्मल सिंह नू तन तन दे सीए स्टाफ चल जाके भाई निर्मल सिंह नू अन्ना तशद्दुद किया गया, उसनू चढ़ाउण लई तरश्त दे नाल नाल तसियां दे नाल नाल उस दियां कैस्टां ला के उसनू सुनाउंदे। उस ते तशद्दुद करन वाले उसनू हिंदुस्तानी पुलिस फोर्स दियां बाड़ां बोल के सुनाउण लई कहिंदे रहे, पर गुरू का लाल इन्हां बुचरां दियां कालियां करतूतां कारण उन्हां नू लानतां पाउंदा रिहा। अखीर हड़के हुए हिंदुस्तानी पुलिस अफसरां ने भाई निर्मल सिंह नू 16 अगस्त 1992 नूं धर्मकोट थाने विच भाई निर्मल सिंह नू जिवें शहीद किया, उस वेले दे नक्शे नू वीर सतनाम सिंह जी सत्ता फड़ी सराए इउं बयान कर रहा है। धर्मकोट ओ थाने दा सुनो वाका जिते चोले दा निर्मल कैद किया तशद्दुद अत दे टाए सी बुचड़ा ने किसे मलम ना पट्टी कोई वैद किया। कदे होया ना जख्मियो फेर राजी ऐसा जिसम ते लासी फट दिता जेड़ी जीवन जागो नू जाग लाई उस जीवन नू पापियां कट दिता। करके मश्करी आखदा ला हेका तिक्की कैंची नू हाथ दे विच फड़ के लत्ता पैर सी संगला नाल बदे सच्ची पापियां बड़े सी जड़ जड़ के होरो विच सी लाणा बुचड़ां दा नछत्र रावण मोच नू वट दिता जेड़ी जीवन जागो नू जाग लाई उस जीवन नू पापियां कट दिता। जेल विच भी योदे ने गई जागो बां कढ के ओही अंदाज रखिया बेशक सी देनी जान पै गई सावें बुचड़ा ओही मजाज रखिया। ओ पड़ो जीवन कन्ना विच गूंज पैंदी नावां हूरां तों वक्करा खट दिता जेड़ी जीवन जागो नू जाग लाई उस जीवन नू पापियां कट दिता। पी के पैग दो नशे दे बहुत पारे झोले उत्ते सी जालमा आन टुटिया हाथ दाड़े नू लगा सी पौन पापी लत मार के सूर में दूर सुटिया। रो विच नाल दे पुलसिए ने डाग नाल सी बिंडे नू छट दिता जेड़ी जीवन जागो नू जाग लाई उस जीवन नू पापियां कट दिता। पुठा टंग के डांगा ना खल देड़ियो चटके दिते करंट दे बहुत पारे कीती सीनी रतावी सूरमे ने जावा सिदक तो तेरे मैं बलहारे। ओ अखी वेंदियां जाल माई जरवाणिया ने बाला जुलम कस सी नट दिता जेड़ी जीवन जागो नू जाग लाई उस जीवन पापियां कट दिता। रात दिन सी ओदे ते कैर टाए कुट कुट के शरीर सी चूर करता जीदे बिना सटे जाना सौंदियां सी सदा वास्ते अज तो दूर करता। ओ पंजाब वेचनी खाड़कू रहन देने को
नारा सी पापियां रट दिता जेड़ी जीवन जागो नू जाग लाई उस जीवन पापियां कट दिता। आखर जुल्म दी जदों अखीर होई ओ दीब कट के लऊ नचोड़ दिता पहला वांग ही लाश नू मूह नेरे नहर विच सी सत्या रोड़ दिता। ओला पता ही हो गया बौड़िया नहीं अता पता ना सानू ओसा जट दिता जेड़ी जीवन जागो नू जाग लाई उस जीवन पापियां कट दिता। आखीर हलके हुए हिंदुस्तानी पुलिस अफसरां ने भाई निर्मल सिंह चोला साहब की जबान तक कट दिती पर अखां बंद करके सिमरन विच जुड़िया होया सी। इसे तरह हिंदुस्तानी पुलिस ने कोह कोह के निर्मल सिंह नूं शहीद कर दिता। बिना शक भाई निर्मल सिंह चोला शहीद होया। पंजाब की प्रसिद्ध कहानीकार बीबी अजीत कौर की पाई हुई वंगार का मुल पा दिता जिस विच उसने पंजाब अंदर हिंदुस्तानी अतवाद के विरुद्ध लेखकां कविशां ते होर लखाड़ियां नूं आवाज़ पाउंदियां वंगार पाउंदियां कहा सी कि साडे मुल्क अंदर करोड़ां लोक एक अजीब चक्की विच पिस रहे ने इन्हां लोकां दे मूंह बंद रहिण इसे लई मुल्क विच रोज़ दिहाड़ी काले कानून बनाए जा रहे ने। जे असी खामोश रहे तां इन्हां कालिया कानूनां ने मुल्क विच फैले हुए काले अंतक दा सकंजा साडियां धौणां दुआले कसिया जाएगा ते उस वेले साडी मदद लई आउण वाला कोई नहीं बचिया होवेगा क्योंकि जदों उन्हां लोक आए सन असां मूंह दूजे पासे कर छड्डिया सी। खामोशी एक गुनाह है चुप रहना पाप है इस गुनाह तो बचना है ते खबरदार होना है। ये तमाशा तबाहकुन शाशां बाड़े इसका जाल साढ़े इर्द गुर्द बनिया जा रहा है। लोड़ है अज असी अपनी आवाज़ नूं बुलंद करके झंडे वांगू लड़ाउण दी लोड़ है। सानू चाहीदा है कि जदों तक साडे बुल सीऊ ना दिते जाण सानू बोलना चाहीदा है जदों तक जबानां कट ना दित्तियां जाण। बोलो कि इतिहास गवाही दे सके कि इस काले दौर के अंदर कुछ इमानदार लोग जिंदा बचे सन जिन्हां ने अपनियां जानां दाव ते ला दित्तियां। बोलण दा हक नसलां तों नहीं खोया जावे। भाई निर्मल सिंह जी चोला सिख कौम का समुचा हीरा सी। जालमां ने बेशक साथों खोलिया जिस कौम की इस आवाज़ नूं जालम लोकां ने बंद करना चाहुंदे सी। अज उस दे दो हीरे सपुत्र भाई बलकार सिंह जी चोला साहब यू एस ए ते भाई रिशपाल सिंह जी चोला साहब यूके कौम की सेवा कर रहे हैं। निर्मल सिंह चोला साहब ते कविशरी सभा बनी है लोग भलाई लई अनेक कार्य कर रहे हैं जिसने अनेक कविशर निर्मल सिंह की याद नूं कायम रख रहे हैं। मैं सारी उस निर्मल सिंह चोला साहब कविशरी सभा का धन्यवादी हाँ जिन्होंने हुक्म लाया सी कि भाई साहब का जीवन बयान किया जाए ते अपने उस्ताद ज्ञानी केर सिंह मझेल साहब जी का धन्यवादी हाँ जिन्हों के सपुत्र भाई मनजीत सिंह माणक चेचे तौर पर मैनू वीर बलकार सिंह नाल मिलाउण लई के गए ते उन्होंने बहुत सारा प्यार सरोपा पा के तोड़िया। मैं धन्यवादी हाँ सारियां दा और सारियां नूं बेनती करांगा कि इस कविशर सिंह का जीवन निर्मल सिंह चोला साहब का जीवन घर घर पहुँचाउणा हुण ढाडी ड्यूटी है। होईआं भुल्लां चुक्कां दी खिमा इस जथे नूं याद करना होवे 9915537195 ते टैलीफोन कर सकदे जे। चढ़दी कला का सबूत देंदे हुए अरदास करियो कि जथा इसे तरह सिख कौम की सेवा करता रहे। वाहेगुरु जी का खालसा वाहेगुरु जी की फतेह।